सारे दोस्तों मित्रों प्यार करो सत श्रीकाल जी। उम्मीद करते हैं सारे ठीक ठाक होवे। ठंडे पानी के लुफ्त लेंदिया हुई पूरे नज़ारियां पूरे चिल मोड च ने वेखो। जरूरी है गर्मी के ठंडे पानी चला लो तकरीबन तीन चार वारी नहाना जैमें देखो कैमें छलांगा मार मार के पूरे आनंद माण दियां ने। इस टाइम इन्हों का ही फन वर्ल्ड है। इत्थे ला लो अपने जो भी हासे खेडिया एक दूजे नाल दुख सुख सांझे कर दियां ने। पहलां तां तुहाडे सारिआं तों माफ़ी मंगने जी जो तुहाडे लई वीडियो नहीं लैके आ सके। उहदा तुहानूं वीडियो दे विच कारण भी दसांगे ते उहदा कारण आई सी इस वारी अपना लेबर की बहुत दिक्कत सी ते झोने का टाइम से तुहानूं सारिआं नूं पता है ते तकरीबन महीना लग गया पूरा अपन झोने लाते लाते जैमें ते हुण जाके आपां वेले होए आ ते अज गेड़ा मारन चले सां खेतां दा ते सोचिआ तुहाडे नाल नाले गल्लां बातां हो जाणगीआं नाले तुहानूं अपना झोने की वरायटी विखा दांगे किहड़ी किहड़ी आपां नवां बीज लाया है किवें किवें ग्रोथ है जो कुछ सब कुछ भी। तो उम्मीद करते हैं सारे जने वीडियो नाल जुड़े रहोगे तो वीडियो एंड तक वेखोगे। तो आखो अपनी शुगर ग्रे सब तो पहला बड़ी शानदार है चरी ग्रोथ बड़ी वधिया हुई पई है अपने डंगर खुश होकर खाते हैं। तो हुण तुहानू विखावांगे अपने झोने की वरायटी सब तो पहला विखावां तुहानू 128 जो तुहानू सामने वेखती पई है इहनू तकरीबन लगी नू अज पूरा महीना हो गया तो ग्रोथ इहदी सब तो वधिया हुण तक जिन्नियां वरायटियां मैं लाईआं ने इहदी सब तो वधिया ग्रोथ है हुण तक दी। इह लास्ट ईयर भी आपां लाई सी इहदा झाड़ भी बहुत वधिया ते इहदे दिक्कत सिर्फ एक ही है इहनू एंड च जदों आउंदी है एंड वाली स्टेज ते जिवें उदों इहनू हल्दी रोग सब तो वड्डी इहदी प्रॉब्लम है। हुण तुहानू इहदी ग्रोथ विखाउणा नेड़े तों आ वेख सकदे हो इहदी किन्नी वधिया ग्रोथ होई है पेडे दी। आ वेखो तकरीबन 1, 2, 3, 4, 6, 7, 8, 9, 10, 11, 12, 13, 14, 15, 16, 17, 18, 19, 20, 21 तकरीबन 21-22 ਦੇ ਨੇੜੇ ਪੇਡੇ ਦੀ ਗਰੋਥ ਹੋਈ ਹੈ ਜਿਵੇਂ ਹਜੇ ਹੋਰ ਵੀ ਇਹਦੇ ਲਾ ਲਓ ਸ਼ਾਖਾ ਵਧੇਗਾ ਗਰੋਥ ਹੋਣੀ ਹੈ ਕਿਉਂਕਿ ਹਜੇ ਇਹਦਾ ਗਰੋਥ ਪੀਰੀਅਡ ਲੰਬਾ ਹੁੰਦਾ ਇਹ ਊਸ਼ਾ ਵਾਂਗੂ ਤਕਰੀਬਨ ਟਾਈਮ ਲੈਂਦੀ ਹੈ ਪੱਕਣ ਦਾ ਅਤੇ ਬਹੁਤ ਸ਼ਾਨਦਾਰ ਗਰੋਥ ਹੈ ਇਹਦੇ 'ਚ ਤਕਰੀਬਨ ਆਪਾਂ ਜਿਵੇਂ ਮਹੀਨਾ ਹੋਇਆ ਹਜੇ ਕੁਛ ਖਾਸ ਪਾਇਆ ਨਹੀਂ ਇਹਦੇ ਸਿਰਫ ਆਪਾਂ 3 ਥੈਲੇ ਯੂਰੀਆ ਦੇ ਪਾਏ ਨੇ ਹੋਰ ਕੋਈ ਜਿੰਕ ਨਹੀਂ ਕੋਈ ਲਾ ਲਓ ਜਿਹੜੇ ਆਪਣੇ ਹੁੰਦੇ ਨੇ ਗਰੋਥ ਵਾਲੇ ਕੁਛ ਵੀ ਨਹੀਂ ਪਾਇਆ ਅਤੇ ਸਭ ਤੋਂ ਵਧੀਆ ਜਿਵੇਂ ਇਹਦਾ ਲੱਗੀ ਹੈ ਗਰੋਥ ਵੀ ਜਿਵੇਂ ਚੱਲਦੀ ਬੜੀ ਸੋਹਣੀ ਹੈ ਸਿਰਫ ਇਹਦੇ 'ਚ ਦਿੱਕਤ ਕਾਹਦੀ ਆਉਂਦੀ ਹਲਦੀ ਰੋਗ ਦੀ ਦਿੱਕਤ ਆਉਂਦੀ ਹੈ। ਪਿਛਲੀ ਵਾਰੀ ਜਿਵੇਂ ਆਪਾਂ ਨੂੰ ਸਭ ਤੋਂ ਵਧੀਆ ਝਾੜ ਵੀ ਇਹਦਾ ਹੀ ਲੱਗਾ ਸੀ ਤਕਰੀਬਨ 32-33 ਕੁਇੰਟਲ ਝਾੜ ਦੇ ਤੈਨ ਨੇ ਅਤੇ ਹਲਦੀ ਰੋਗ ਵੀ ਬਹੁਤ ਜ਼ਿਆਦਾ ਸੀ ਉਹਦੇ ਬਾਵਜੂਦ ਵੀ ਇਹਦਾ ਝਾੜ ਬਹੁਤ ਸੋਹਣਾ ਲੱਗਿਆ ਇਸ ਕਰਕੇ ਤਾਂ ਹੀ ਇਸ ਵਾਰੀ ਆਪਾਂ 20 ਰਿਪੀਟ ਕੀਤਾ ਅਤੇ ਆ ਜਿਹੜੀ ਆਪਣੀ 17-18 ਇਹਨੂੰ ਤਕਰੀਬਨ ਹਜੇ 4-5 ਦਿਨ ਹੀ ਹੋਏ ਨੇ। ਲਾਈਟ ਚੱਲਦੀ ਪਈ ਹੈ ਪਾਣੀ ਲੱਗਾ ਅਤੇ ਆਪਣੇ ਉਹ ਵਾਲੀ ਮੋਟਰ ਹੈ ਸਾਹਮਣੇ ਦਿਖਦੀ ਪਈ ਹੈ ਪਾਈਪਲਾਈਨ ਕੀਤੀ ਹੈ ਜਿਵੇਂ ਇੱਧਰ ਜੋੜਿਆ ਦੋ ਮੋਟਰਾਂ ਦਾ ਪਾਣੀ ਹੈ ਖਾਲ 'ਚ ਇਹ ਆਪਣਾ ਤੁਹਾਨੂੰ ਵਿਖਾਵਾਂਗੇ ਜਿੱਥੋਂ ਤੱਕ ਇਹਦਾ ਪਾਣੀ ਜਾਂਦਾ ਕਿ ਖਾਲ ਰਾਹੀਂ ਅਤੇ ਜਿਹੜੀ ਆਹ ਵਾਲੀ ਵਰਾਇਟੀ ਹੈ ਇਸ ਸਾਲ ਆਪਾਂ ਨਵੀਂ ਲਾਈ ਹੈ ਪਿਛਲੀ ਵਾਰੀ ਜਿਵੇਂ ਆਪਣੇ ਏਰੀਏ 'ਚ ਲੱਗੀ ਸੀ ਅਤੇ ਆਉਂਦੇ ਸਨ ਤਾਂ ਬਹੁਤ ਵਧੀਆ ਜਿਵੇਂ ਝਾੜ ਦਿੱਤਾ ਪਿਛਲੀ ਵਾਰੀ ਇਹਦਾ ਵਰਾਇਟੀ ਦਾ ਨਾਮ ਹੈ ਜੀ 33-36 ਤਕਰੀਬਨ ਇਹ 14 ਦੇ ਵਾਂਗੂ PR 14 ਵਾਂਗੂ ਹੁੰਦੀ ਹੈ ਅਤੇ ਬਟ ਆਪਾਂ ਜੋ ਹੁਣ ਤੱਕ ਦਾ ਇਹਦਾ ਐਕਸਪੀਰੀਅੰਸ ਜੇ ਤੁਹਾਨੂੰ ਦੱਸੀਏ ਆਪਾਂ ਨੂੰ ਕੋਈ ਖਾਸ ਬੀਜ ਨਹੀਂ ਲੱਗਿਆ ਹੈ ਜਿਵੇਂ ਗਰੋਥ ਵੀ ਤਕਰੀਬਨ ਇਹਨੂੰ ਵੀ ਲਾਈ ਨੂੰ ਆਪਾਂ ਨੂੰ 20-25 ਦਿਨ ਹੋ ਚੁੱਕੇ ਨੇ ਅਤੇ 2-2 ਕੱਟੇ ਯੂਰੀਏ ਦੇ ਪੈ ਚੁੱਕੇ ਨੇ ਇਹਦੇ 'ਚ ਕੋਈ ਖਾਸ ਗਰੋਥ ਨਹੀਂ ਗੀ ਇਹਦੀ ਜਿਵੇਂ ਵੇਖਦੇ ਵੀ ਅਤੇ ਇਹਦੇ 'ਚ ਦਿੱਕਤ ਕੀ ਆਉਂਦੀ ਪਈ ਹੈ ਜਿਵੇਂ ਆ ਤੁਸੀਂ ਵੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਵੇਖਦੇ ਹੋਣੇ ਨੇ ਇਹਦੇ 'ਚ ਪੀਲਾ ਪੱਤੇ ਦੀ ਜਿਵੇਂ ਦਿੱਕਤ ਆਈ ਹੈ ਅਤੇ ਇਹਦੇ ਲਈ ਆਪਾਂ ਜਿੰਕ ਵੀ ਪਾਈ ਹੈ ਇਹਦੇ 'ਚ ਅਤੇ ਹਜੇ ਤੱਕ ਜਿਵੇਂ ਜਿੰਕ ਪਾਈ ਨੂੰ ਹੋ ਚੱਲੇ ਨੇ 3-4 ਦਿਨ ਪਰ ਕੋਈ ਜੇ ਆਖੀਏ ਵੀ ਹਾਂ ਵੀ ਪੀਲੇ ਪੱਤੇ ਵਾਲਾ ਸਲਿਊਸ਼ਨ ਹੋਇਆ ਪ੍ਰੋਬਲਮ ਦਾ ਹਜੇ ਕੋਈ ਸਲਿਊਸ਼ਨ ਨਹੀਂ ਹੋਇਆ ਅਤੇ ਬਾਕੀ ਹੁਣ ਸੋਚਣੇ ਪਏ ਆ ਜਿਵੇਂ ਕੀਤੀ ਸੀ ਆਪਣੀ ਸਲਾਹ ਵੀ ਜਿਵੇਂ ਅਤੇ ਮੈਗਨੀਸ਼ੀਅਮ ਸਲਫੇਟ ਪਾਉਣ ਦੀ ਕਰਾਂਗੇ ਇਹਦੇ 'ਚ 10 ਕੁ ਕਿਲੋ ਪਾਵਾਂਗੇ ਅਤੇ ਉਹਦੇ ਨਾਲ ਵੇਖਾਂਗੇ ਅਤੇ ਬਾਕੀ ਵਿਹਨੇ ਆ ਐਂਡ 'ਚ ਕਿਵੇਂ ਝਾੜ ਦਿੰਦੀ ਹੈ ਕਿਉਂਕਿ ਹਜੇ ਬਹੁਤ ਲੰਮਾ ਟਾਈਮ ਹੈ ਹੁਣ ਤੋਂ ਆਪਾਂ ਇੱਦਾਂ ਨਹੀਂ ਕਰ ਸਕਦੇ ਵੀ ਹਾਂ ਬੀਜ ਨੂੰ ਆਪਾਂ ਚੰਗਾ ਮਾੜਾ ਨਹੀਂ ਦੱਸ ਸਕਦੇ ਬੀਜ ਦਾ ਅਸਲ ਦੇ ਵਿੱਚ ਕਈ ਜਿਹੜੇ ਹੁਣ ਵੀ ਆਪਾਂ ਨੂੰ ਵਧੀਆ ਲੱਗਦੇ ਨੇ ਐਂਡ ਦੇ ਵਿੱਚ ਉਹਨਾਂ ਦਾ ਝਾੜ ਨਹੀਂ ਉਨਾ ਹੁੰਦਾ ਜਿਵੇਂ ਆਉਂਦੇ ਨੇ ਉੱਚੀ ਦੁਕਾਨ ਫੀਕਾ ਪਕਵਾਨ ਉਹ ਗੱਲ ਹੋ ਜਾਂਦੀ ਹੈ ਅਤੇ ਅਸਲ ਦੇ ਵਿੱਚ ਤਾਂ ਉਹ ਹੀ ਵੀ ਵਧੀਆ ਜਾਣੋ ਜਿਹੜਾ ਆਪਾਂ ਨੂੰ ਵਧੀਆ ਝਾੜ ਦੇ ਜੇ
ਤੇ ਆਪਣੇ ਸਾਰੇ ਖਰਚੇ ਕਰਜ਼ੇ ਪੂਰੇ ਤੇ ਕੁਛ ਆ ਬੀ ਦੇ ਵਿੱਚ ਆਪਣੇ ਜਿਹੜੇ ਲਾ ਲਓ ਲਾਉਣ ਵਾਲੀ ਲੇਬਰ ਸੀ ਬਈ ਉਹ ਵੀ ਨਹੀਂ ਚੰਗੀ ਤਰ੍ਹਾਂ ਲਾ ਕੇ ਗਏ ਪੇਡੇ ਬਹੁਤ ਮਰੇ ਨੇ ਕੁਛ ਆਪਣੇ ਹਨੇਰੀ ਦੇ ਕਰਕੇ ਪੋਦ ਵੀ ਜਿਵੇਂ ਥੋੜ੍ਹੀ ਜਿਹੀ ਬਰੀਕ ਸੀ ਇਕੱਠੀ ਹੋ ਗਈ ਸੀ ਅਤੇ ਆਹ ਲਾ ਲਓ ਤਕਰੀਬਨ ਆਪਾਂ 5 ਕਿੱਲੇ ਲਾਏ ਨੇ ਇਹਦੇ 33-36 ਦੇ ਅਤੇ ਕੋਈ ਖਾਸ ਇਹਦਾ ਰਿਜ਼ਲਟ ਜਾਂ ਲੱਗ ਨਹੀਂ ਰਿਹਾ ਅਤੇ ਬਾਕੀ ਵੇਖਾਂਗੇ ਮੈਗਨੀਸ਼ੀਅਮ ਸਲਫੇਟ ਪਾ ਕੇ ਵੀ ਜੇ ਆਹ ਲਾ ਲਓ ਪੀਲਾ ਪਾਉਂਦਾ ਅਤੇ ਗਰੋਥ ਇਹਦੀ ਹੋ ਗਈ ਵਧੀਆ ਅਤੇ ਤੁਹਾਨੂੰ ਦੱਸਦੇ ਰਹਾਂਗੇ ਆਪਣਾ ਹੌਲੀ ਹੌਲੀ ਜਿਵੇਂ ਜਿਵੇਂ ਟਾਈਮ ਲੰਘੇਗਾ ਇਹਦਾ ਤੁਹਾਨੂੰ ਦੱਸਾਂਗੇ ਸਾਰਾ ਕੁਛ ਅਤੇ ਆਹ ਵੇਖੋ ਜਿਵੇਂ ਉਹ ਤੁਹਾਨੂੰ ਵਿਖਾਈ ਸੀ ਮੋਟਰਾਂ ਦਾ ਜਿਵੇਂ ਆਹ ਪਾਣੀ ਆਉਂਦਾ ਪਿਆ ਇੱਥੇ ਅਤੇ ਜਿਵੇਂ ਇੱਧਰ ਵੀ ਨੱਕਾ ਖੋਲ੍ਹਿਆ ਜਿਵੇਂ ਅਤੇ ਇੱਧਰ ਵੀ ਆਪਣੀ ਖਾਲ ਇਹ ਥੱਲੇ ਜਾਂਦੀ ਹੈ ਜਿਵੇਂ ਅੱਧਾ ਪਾਣੀ ਜਿਵੇਂ ਫਿਰ ਐਵੇਂ ਡਿਵਾਈਡ ਹੋ ਕੇ ਜਾਈ ਜਾਂਦਾ ਖਾਲ ਵੀ ਨਾਲੇ ਜ਼ੋਰ ਪੈਂਦਾ ਟੁੱਟਦੀ ਨਹੀਂ ਗੀ ਸਹੀ ਚੱਲੀ ਜਾਂਦਾ ਇੱਥੇ ਆ ਕੇ ਉਹ ਖਾਲ ਖਤਮ ਹੁੰਦੀ ਹੈ ਜੀ ਇੱਥੋਂ ਫਿਰ ਆਪਣੇ 3 ਕਿੱਲਿਆਂ ਦੇ ਵਿੱਚੋਂ ਜਿਵੇਂ ਪਾਣੀ ਅੱਗੇ ਤੁਰ ਜਾਂਦਾ ਕਿੱਲੇ ਤੋਂ ਕਿੱਲੇ ਅਤੇ ਆਹ ਵੀ ਆਪਣਾ 128 ਹੈ ਇਹ ਵੇਖ ਸਕਣ ਇਹਦੀ ਜਿਵੇਂ ਸਾਰੇ ਆਪਣੇ ਬੀਆਂ ਨਾਲੋਂ ਅੱਡ ਵੇਖਦਾ ਪਿਆ ਵਰਾਇਟੀ ਜਿਵੇਂ ਅੱਡ ਹੀ ਵਿਖਾਉਂਦੀ ਪਈ ਹੈ ਬਾਕੀ ਜਿਹੜੀ ਤੁਹਾਡੇ ਨਾਲ ਮੈਂ ਪਿੱਛੇ ਗੱਲ ਕੀਤੀ ਸੀ ਪੀਲੇ ਰੋਗ ਵਾਲੀ ਪੱਤੇ ਜਿਵੇਂ ਪੀਲੇ ਨੇ ਇਹ ਤਕਰੀਬਨ ਲਾ ਲਓ ਆਹ 114 ਵਰਾਇਟੀ ਹੈ ਇਹਦੇ 'ਚ ਵੀ ਮੇਨ ਦਿੱਕਤ ਹੈਗੀ ਹੈ ਇਸ ਵਾਰੀ ਇਹ ਪਤਾ ਨਹੀਂ ਲਾ ਲਓ ਮੌਸਮ ਦਾ ਲਾ ਲਓ ਚੱਕਰ ਹੈ ਜਾਂ ਕੀ ਹੈ ਇਹ ਵੇਖ ਸਕਦੇ ਹੋ ਤੁਸੀਂ ਜਿਵੇਂ ਵੀ ਹਾਂ ਪੀਲਾਪਨ ਵਿਖਾਉਂਦੀ ਪਿਆ ਲਾ ਲਓ ਬਟ ਆਹ ਜਿਹੜੀ ਆਪਣੀ 128 ਇਹਦੇ 'ਚ ਕੋਈ ਹਜੇ ਤੱਕ ਪ੍ਰੋਬਲਮ ਨਹੀਂ ਅੱਗੇ ਵੇਖਾਂਗੇ ਕੀ ਦਿੱਕਤਾਂ ਇਹਦੇ 'ਚ ਮੇਨ ਪਿਛਲੇ ਜੋ ਆਪਾਂ ਵੇਖਿਆ ਸੀ ਜਿਵੇਂ ਹਲਦੀ ਰੋਗ ਦੀ ਦਿੱਕਤ ਸੀ ਹੋਰ ਕੋਈ ਨਹੀਂ ਸੀ ਆਹ ਜਿਵੇਂ ਆਪਾਂ ਵਿੱਚ ਜਗ੍ਹਾ ਛੱਡੀ ਆ ਕਿਉਂਕਿ ਇਹ ਆਪਣਾ ਖੇਤ ਉੱਚਾ ਇਹ ਨੀਵਾਂ ਹੈ ਜਿਵੇਂ ਫਿਰ ਪਾਣੀ ਟੁੱਟਣ ਦਾ ਡਰ ਰਹਿੰਦਾ ਇਹਦੇ 'ਚ ਫਿਰ ਜਿਵੇਂ ਸੈਪਰੇਟ ਵੱਟ ਪਾ ਦੇ ਦੀਏ ਅਤੇ ਤਕਰੀਬਨ ਖੁੱਡ ਖੱਡ ਦਾ ਬਚਾਇਆ ਰਹੀ ਜਾਂਦਾ ਆਹ ਵੇਖੋ ਜਿਵੇਂ ਪੈਪ ਪਏ ਨਾ ਆਪਾਂ ਜਿਵੇਂ ਕਿੱਲੇ ਤੋਂ ਕਿੱਲੇ ਅੱਗੇ ਅਤੇ ਫਿਰ ਅੱਗੇ ਪਾਣੀ ਜਾਈ ਜਾਂਦਾ ਜਿਵੇਂ ਖਾਲ ਨਹੀਂ ਪਾਈ ਆ ਕਿੱਲਿਆਂ 3 'ਚ ਆਪਾਂ ਕਿੱਲੇ ਤੋਂ ਕਿੱਲੇ ਜਿਵੇਂ ਅੱਗੇ ਪਾਣੀ ਜਾਈ ਜਾਂਦਾ ਆਹ ਹੈ ਆਪਣੀ 126 ਵਰਾਇਟੀ ਜੀ ਤਕਰੀਬਨ ਇਹਨੂੰ 7-8 ਦਿਨ ਹੀ ਹੋਏ ਨੇ ਅਜੇ ਲੱਗੇ ਨੂੰ ਅਤੇ ਕਿੱਲਾ ਵੀ ਆਪਣਾ ਇਹ ਲਾ ਲਓ ਜਿਵੇਂ ਦੂਸਰਾ ਇਹ ਥੋੜ੍ਹਾ ਜਿਹਾ ਕਲਰੀ ਟਾਈਪ ਜਿਹਾ ਆ ਜਾਂਦਾ ਤਾਂ ਕਰਕੇ ਇਹਦੇ 126 ਵਰਾਇਟੀ ਲਾਈਏ ਜਿਵੇਂ 126 ਵਰਾਇਟੀ ਲਾ ਲਓ ਆਪਣਾ ਜਿਹੜੇ ਥੋੜ੍ਹੇ ਜਿਹੇ ਕਿੱਲੇ ਕਮਜ਼ੋਰ ਹੁੰਦੇ ਨੇ ਉਹਦੇ 'ਚ ਕਾਮਯਾਬ ਮੰਨੀ ਜਾਂਦੀ ਹੈ ਆਹ 114 ਅਤੇ ਮੌਸਮ ਵੇਖੋ ਕਿੰਨਾ ਸ਼ਾਂਤ ਮੌਸਮ ਹੈ ਗੇੜਾ ਲਾਉਣ ਦਾ ਵੀ ਲਾ ਲਓ ਇਸ ਟਾਈਮ ਫੁੱਲ ਮਜ਼ਾ ਆਉਂਦਾ ਲਾ ਲਓ ਕਿਉਂਕਿ ਗਰਮੀ ਵੀ ਨਹੀਂ ਇਸ ਟਾਈਮ ਹੁੰਦੀ ਜਿਵੇਂ ਮੌਸਮ ਲਾ ਲਓ ਠੰਡਾ ਹੋ ਜਾਂਦਾ ਤਕਰੀਬਨ ਸ਼ਾਮ ਦੇ ਜਿਵੇਂ 7 ਵੱਜਣ ਵਾਲੇ ਨੇ ਅਤੇ ਮੌਸਮ ਵਧੀਆ ਠੰਡਾ ਹੋ ਗਿਆ ਅਤੇ ਨਾਲੇ ਬਹਾਨੇ ਸਿਰ ਸੈਰ ਵੀ ਹੋ ਜਾਂਦੀ ਹੈ ਅਤੇ ਗੇੜਾ ਵੱਜ ਜਾਂਦਾ ਨਾਲੇ ਫਸਲ ਬਾੜੀ ਦਾ ਪਤਾ ਲੱਗ ਜਾਂਦਾ ਲਾ ਲਓ ਕੀ ਆਪਾਂ ਨੂੰ ਫਸਲ ਦੇ ਵਿੱਚ ਦਿੱਕਤ ਆਉਂਦੀ ਹੈ ਲਾ ਲਓ ਕੀ ਆਪਣਾ ਪਾਉਣ ਵਾਲਾ ਜੋ ਵੀ ਕੁਛ ਲਾ ਲਓ ਅਤੇ ਜਿਵੇਂ ਆਉਂਦੇ ਨੇ ਜੇ ਖੇਤੀ ਕਰਨੀ ਤਾਂ ਬੰਦਾ ਸ਼ੌਂਕ ਨਾਲ ਕਰੇ ਗੇੜਾ ਰੱਖੇ ਤਾਂ ਹੀ ਫਸਲ ਵੀ ਹੁੰਦੀ ਹੈ ਜੇ ਆਖੀਏ ਵੀ ਇੱਕ ਵਾਰੀ ਲਾ ਕੇ ਆਪਾਂ ਖੇਤ 'ਚ ਪੈਰ ਨਾ ਰੱਖੀਏ ਤਾਂ ਉਹ ਫਸਲ ਵੀ ਕੀ ਹੋਣੀ ਹੈ ਜਿਹੜੇ ਆਖ ਦਿੰਦੇ ਨੇ ਸਾਡੇ ਝਾੜ ਨਹੀਂ ਦਿੰਦੀ ਫਸਲ ਉਹ ਨਹੀਂ ਕਰਦੀ ਉਹਦੇ ਪਹਿਲਾ ਕਾਰਨ ਤਾਂ ਆਹ ਹੀ ਹੁੰਦਾ ਵੀ ਆਪਾਂ ਲਾ ਲਓ ਗੌਰ ਨਹੀਂ ਕਰਦੇ ਆਪਣੀ ਫਸਲ ਦੇ ਉੱਤੇ ਅਤੇ ਉਦੋਂ ਬਾਅਦ ਜੇ ਗੱਲ ਕਰੀਏ ਬਾਕੀ ਬੰਦੇ ਦੀ ਕਿਸਮਤ ਵੀ ਲਾ ਲਓ ਕਿਸਾਨ ਦੀ ਜਿਵੇਂ ਵੇਖਦੇ ਹਾਂ ਕਈ ਵਾਰੀ ਪੱਕੀਆਂ ਦੇ ਉੱਤੇ ਗੜੇ ਪੈ ਜਾਂਦੇ ਨੇ ਮੀਂਹ ਪੈ ਜਾਂਦੇ ਨੇ ਉਹ ਵੀ ਬਹੁਤ ਮੈਟਰ ਕਰਦੀ ਹੈ ਬਾਕੀ ਫਿਰ ਵੀ ਬੰਦੇ ਦਾ ਲਾ ਲਓ ਕੰਮ ਹੈ ਜਿਵੇਂ ਆਪਣੇ ਗੁਰੂਆਂ ਨੇ ਆਖਿਆ ਵੀ ਮਿਹਨਤ ਕਰੋ ਕਿਸਮਤ 'ਚ ਜੋ ਫਲ ਹੈ ਉਹ ਜ਼ਰੂਰ ਮਿਲਣਾ ਤਾਂ ਕਰਕੇ ਆਪਣੀ ਗੱਡ ਕੇ ਮਿਹਨਤ ਕਰਿਆ ਕਰੋ ਅਤੇ ਜੋ ਵੀ ਕੰਮ ਕਰਨਾ ਹੈ ਜ਼ਰੂਰ ਖੇਤੀ ਨਹੀਂ ਜੋ ਵੀ ਬੰਦੇ ਦਾ ਲਾ ਲਓ ਕਰਮ ਹੈ ਬਿਜ਼ਨਸ ਹੈ ਕੋਈ ਵੀ ਲਾ ਲਓ ਜ਼ਰੂਰ ਕਰਿਆ ਕਰੋ ਦਿਲੋਂ ਤਾਂ ਜੋ ਆਪਾਂ ਕਾਮਯਾਬ ਹੋ ਸਕੀਏ ਅਤੇ ਟਾਈਮ ਦਿਆ ਕਰੋ ਹਰ ਇੱਕ ਚੀਜ਼ ਨੂੰ ਜਿਹੜੇ ਆਉਂਦੇ ਨੇ ਦੁੱਧ ਦਾ ਰੇਟ ਵੱਧ ਗਿਆ ਕਿਉਂ ਵਧਾਉਂਦੇ ਨੇ ਕਿਸਾਨ ਉਹਨਾਂ ਨੂੰ ਇੱਕ ਵਾਰੀ ਸਾਡੇ ਕੋਲ ਭੇਜਿਓ ਜਦੋਂ ਰੇਹੜੀ ਪੱਠਿਆਂ ਦੇ ਵੱਢ ਕੇ ਜਾਣਗੇ ਨਾ ਉਦੋਂ ਆਪਣੇ ਆਪ ਆਖਣਗੇ ਕੀ ਬੀਜਦੀ ਹੈ ਕਿਹੜੇ ਪਾ ਲਾ ਲਓ ਰੇਟ ਦੇ ਮੰਗ ਕਰਦੇ ਨੇ ਕਿਸਾਨ ਅਤੇ ਉਹ ਆਪਣੇ ਆਪ ਆਖਣਗੇ ਵੀ ਹਾਂ ਇਹਦੇ ਰੇਟ ਕੁਛ ਵੀ ਨਹੀਂ ਜਿੰਨੀ ਹੁਣ ਲਾ ਲਓ ਚੱਲਦਾ ਪਿਆ ਮਾਰਕੀਟ ਦੇ ਵਿੱਚ ਰੇਟ ਜੇ ਉਹ ਆਪਣੇ ਆਪ ਨਾ ਆਖਿਆ ਉਹਨਾਂ ਨੇ ਵੀ 100 ਰੁਪਇਆ ਲੀਟਰ 'ਤੇ ਘੱਟੋ ਘੱਟ ਹੋਣਾ ਚਾਹੀਦਾ ਜਿੰਨੀ ਕੁ ਮਿਹਨਤ ਲੱਗਦੀ ਹੈ ਵੇਖੋ ਜੀ ਮੋਟਰ ਦਾ ਨਜ਼ਾਰਾ ਹੋਰ ਚੱਲਦਾ ਪਿਆ ਠੰਡਾ ਪਾਣੀ ਦਿਲ ਕਰਦਾ ਹੁਣ ਨਹਾਈਏ ਅਤੇ ਇੱਧਰ ਖੇਤ 'ਚ ਲਾਇਆ ਪਾਣੀ ਅਤੇ ਆਹ ਆਪਣੇ 1509 ਵਰਾਇਟੀ ਹੈ ਇਹਦੇ ਤਕਰੀਬਨ ਆਪਣਾ ਲਾ ਲਓ 35 ਦਿਨ ਹੋ ਗਏ ਨੇ ਇਹਦੀ ਖੁਰਾਕ ਸਾਰੀ ਪੂਰੀ ਕਰਤੀ ਹੈ 4 ਕੱਟੇ ਜਿਵੇਂ ਯੂਰੀਆ ਦੇ ਪਾਤੇ ਨੇ ਅਤੇ ਗਰੋਥ ਵੀ ਵਧੀਆ ਹੋਈ ਹੈ ਅਤੇ ਹੁਣ ਇਹਦੇ 'ਚ ਕੁਛ ਨਹੀਂ ਪਾਉਣਾ ਜਿਵੇਂ ਹੁਣ ਤਾਂ ਅੱਗੇ ਸਪਰੇਅ ਹੀ ਕਰਾਂਗੇ ਲਾ ਲਓ ਜੇ ਕੋਈ ਦਿੱਕਤ ਆਈ ਅਤੇ ਐਵੇਂ ਦਾ ਨਜ਼ਾਰਾ ਹੁੰਦਾ ਲਾ ਲਓ ਆਪਣੇ ਖੇਤਾਂ ਦਾ ਅਤੇ ਉਮੀਦ ਕਰਦੇ ਹਾਂ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਹੋਏਗੀ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਤੇ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਕਰ ਦਿਓ
जिहड़े दोस्तों मित्रां ने चैनल नूं नहीं सबसक्राइब किया सबसक्राइब करो अगे भी शेयर करो तां जो अपने चैनल की ग्रोथ हो सके। तो तुहानूं पता है जिवें जिवें अपने नाल सबसक्राइबर नवे जुड़नगे उवें उवें ला लो व्यू भी वधदा है तो हौसला अफजाई भी होंदी है भी तुहाडे लई जिवें कुछ नवे तो नवं लैके आईए। तो जिहड़े किसान वीर ने वह जरूर चैनल नाल अपने नाल जुड़ियो विखांदे रहांगे तुहानूं झोने दे विच जो जो ला लो अपने हुंदियां ने लोड़ां जिवें जिवें ला लो आपां खुराक पावां कुछ भी ला लो तुहानूं सारी इनफॉर्मेशन देंदे रहांगे जिन्नी कु अपने कोल हैगी है। तो चलो जी मिलांगे अगली वीडियो दे विच। वीडियो वेखण दे लई सारयां दा धन्नवाद जी।